ਕਿੱਦਾਂ ਦੋਸਤੋ ਕੀ ਹਾਲ ਆ ਵੈਲਕਮ ਟੂ ਦ ਵਨ ਐਂਡ ਓਨਲੀ ਪੰਜਾਬੀ ਗੇਮਿੰਗ ਚੈਨਲ ਆਪਾਂ ਖੇਡਦੇ ਪਏ ਹਾਂ ਬਲੈਕ ਮਿਥ ਵੂਕੋਂਗ ਚੈਪਟਰ 4 ਤੇ ਆਪਾਂ ਸਾਰੇ ਪਹੁੰਚ ਚੁੱਕੇ ਹਾਂ ਪਿਛਲੀ ਵੀਡੀਓ 'ਚ ਤੁਸੀਂ ਬਹੁਤ ਪਿਆਰ ਦਿੱਤਾ ਆ ਪਿਛਲੀ ਵੀਡੀਓ ਦੇ ਵਿੱਚ ਆਪਾਂ ਜਿਹੜਾ ਸੀਗਾ ਜਿਨ ਟਾਈਗਰ ਉਹਨੂੰ ਆਪਾਂ ਚੰਗੇ ਤਰੀਕੇ ਨਾਲ ਫਾਹੇ ਲਾਤਾ ਆ ਅੱਗੇ ਆਪਾਂ ਹੁਣ ਜਿੱਥੇ ਚੱਲੇ ਹਾਂ ਹੁਣ ਇੱਥੇ ਆਪਣੇ ਇੱਕ ਬੌਸ ਫਾਈਟ ਆਉਣੀ ਆ ਅਤੇ ਆ ਜਾਓ ਦੋਸਤੋ ਸ਼ੁਰੂ ਕਰਦੇ ਹਾਂ ਆਪਾਂ ਅੱਜ ਦਾ ਗੇਮ ਪਲੇ ਸੋ ਫਾਰ ਆਪਣੀ ਪ੍ਰੋਗਰੈਸ ਬੜੀ ਵਧੀਆ ਚੱਲਦੀ ਪਈ ਆ ਜਿਨ ਟਾਈਗਰ ਨੂੰ ਹਰਾ ਕੇ ਆਪਣੇ ਕੋਲ ਬਹੁਤ ਹੀ ਵਧੀਆ ਬਚ ਗਿਆ ਬਚ ਗਿਆ ਟਾਈਮ ਟੂ ਯੂਜ਼ ਆਰ ਜਿਨ ਟਾਈਗਰ ਮਾਰ ਲਾ ਭਾ ਇੱਕ ਵਾਰੀ ਹੋਰ ਇੱਕ ਵਾਰੀ ਹੋਰ ਥੈਂਕ ਯੂ ਥੈਂਕ ਯੂ ਮਾਮਾ ਤੂੰ ਤਾਂ ਉਲਟੇ ਕਰਨ ਲੱਗਾ ਹੈ ਕਾਫੀ ਈਜ਼ੀ ਫਾਈਟ ਸੀਗੀ ਪਰ ਇੰਨੀ ਈਜ਼ੀ ਮੇਰੇ ਖਿਆਲ ਨਾਲ ਹੋਣੀ ਨਹੀਂ ਚਾਹੀਦੀ ਸੀਗੀ ਇਹ ਇੰਨੀ ਈਜ਼ੀ ਫਾਈਟ ਨਹੀਂ ਕੋਈ ਚੱਕਰ ਹੈਗਾ ਆ ਫਾਈਟ ਇੰਨੀ ਈਜ਼ੀ ਸੀਗੀ ਇੰਨੀ ਛੇਤੀ ਫਾਈਟ ਮੁੱਕ ਗਈ ਨਹੀਂ ਮੈਨੂੰ ਲੱਗਦਾ ਕਿ ਗਾਂ ਆਪਣੀ ਨਾ ਫਾਈਟ ਹਾਲੇ ਹੋਰ ਆਊਗੀ ਇਹਦੇ ਨਾਲ
ਕਿਉਂਕਿ ਇੰਨੀ ਈਜ਼ੀ ਹਾਈਟ ਈਜ਼ੀ ਫਾਈਟ ਸੀਗੀ। ਅਤੇ ਚਲੋ ਦੇਖ ਦੋਸਤੋ ਆ ਜਾਓ, ਹੁਣ ਆਪਾਂ ਦੇਖੀਏ ਹੁਣ ਆਪਾਂ ਇੱਧਰ ਕਿੱਧਰ ਨੂੰ ਜਾਣਾ ਹੈ। ਕਿੱਥੇ ਇੱਕ ਵਾਰੀ ਫਿਰ ਆਪਾਂ ਨਾ, ਅੱਛਾ ਆਪਣੇ ਕੋਲ ਇੱਕ ਪੁਆਇੰਟ ਵੀ ਆਇਆ, ਪਹਿਲਾਂ ਆਪਾਂ ਪੁਆਇੰਟ ਵੀ ਯੂਜ਼ ਕਰ ਲਈਏ। ਹੁਣ ਇੱਥੋਂ ਦੇਖੀਏ ਹੁਣ ਆਪਾਂ ਇੱਥੋਂ ਕਿੱਥੇ ਜਾਣਾ ਹੈ। ਉਹ ਆ ਨਵਾਂ ਏਰੀਆ ਓਪਨ ਹੋਇਆ ਲੱਗਦਾ ਮੈਨੂੰ। ਸੋ ਫਾਰ ਇਹ ਗੇਮ ਕਾਫੀ ਮਤਲਬ ਵਧੀਆ ਹੈਗੀ ਆ, ਇੰਜੋਏਬਲ ਹੈਗੀ ਆ, ਤੁਹਾਨੂੰ ਇਹ ਖਿੱਚ ਕੇ ਰੱਖਦੀ ਆਪਣੇ ਕੋਲ ਹੀ। ਮੈਨੂੰ ਇੰਝ ਕਿਉਂ ਤਾਂ ਲੱਗਦਾ ਕਿ ਇੱਥੇ ਆਪਣੀ ਇੱਕ ਫਾਈਟ ਹੋਰ ਆਉਣੀ ਆ। ਓਕੇ ਆਦੋ ਵੀ ਆਪਾਂ ਸ਼ੁਰੂ ਕਰੀਏ। ਆ ਗਿਆ ਯਾਰ, ਇੰਨੀ ਸੋਹਣੀ ਆਪਣੀ ਫਾਈਟ ਚੱਲਦੀ ਪਈ ਸੀਗੀ, ਕੀ ਹੋ ਗਿਆ? ਮੈਂ ਆਪਣੀ ਹੈਲਥ ਵੱਲ ਧਿਆਨ ਦਿੱਤਾ ਹੀ ਨਹੀਂ ਹੈਗਾ। ਮੈਂ ਫਾਈਟ ਸੌਖੀ ਆ, ਈਜ਼ੀ ਫਾਈਟ ਆ। ਫਾਈਟ ਬੜੀ ਈਜ਼ੀ ਆ। ਇੱਕ ਕੰਮ ਕਰੀਏ ਇੱਥੇ ਆਪਾਂ ਪਹਿਲਾਂ,
ਸੈਲ ਵਾਸਤੇ ਕੁਛ ਆਪਣੇ ਕੋਲ ਹੈਗਾ ਹੈ ਉਹ ਹਾਂ ਆਹ ਕੀ ਹੈ ਰਾਈਸ ਕਾਨੂੰਨ ਉਹ ਹਜ਼ਾ ਆਪਾਂ ਇਹ ਵੀ ਸੈਲ ਕਰ ਸਕਦੇ ਹਾਂ ਚਲੋ ਕੋਈ ਗੱਲ ਨਹੀਂ ਇਹਨੂੰ ਆਪਾਂ ਕਰ ਹੀ ਨਹੀਂ ਸਕਦੇ ਹਲੇ ਅਤੇ ਆ ਜਾਓ ਫਿਰ ਆਪਾਂ ਚੱਲਦੇ ਹਾਂ ਉੱਧਰ ਨੂੰ ਨਹੀਂ ਹਾਂ ਆਪਾਂ ਇੱਧਰ ਨੂੰ ਜਾਣਾ ਹੈ ਆਪਾਂ ਆਪਣੇ ਭਰਾ ਨੂੰ ਪਛਾਉਣਾ ਪੈਣਾ ਹੈ ਪਰ ਉਹਨੂੰ ਸੌਖਲੀ ਆਪਾਂ ਉਹਨੂੰ ਵਿਨ ਕਰ ਸਕਦੇ ਹਾਂ ਇਹ ਫਾਈਟ ਇੰਨੀ ਡਿਫੀਕਲਟ ਨਹੀਂ ਹੈਗੀ ਹੁਣ ਇੱਥੋਂ ਸ਼ੁਰੂ ਹੋਈ ਆ ਹਾਫ ਫਾਈਟ ਜਿਨ ਟਾਈਗਰ ਫਿਰ ਮੰਨਣਾ ਪੈਣਾ ਬੜਾ ਜ਼ਬਰਦਸਤ ਆ ਬੱਲੇ ਇੱਥੇ ਤਗੜਤਾ ਮੈਨੂੰ ਤਗੜਤਾ ਨਹੀਂ ਮਿਲਿਆ ਮੈਨੂੰ ਨਾ ਮੌਕਾ ਹੀ ਨਹੀਂ ਮਿਲਿਆ ਕੀ ਕਹਿੰਦੇ ਆਪਣੀ ਹੈਲਥ ਕਰਨ ਦਾ ਪੂਰੀ